ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਪਹਿਲਾਂ 7 ਅਕਤੂਬਰ ਨੂੰ ਕੋਟਕਪੁਰਾ ਤੋਂ ਬਰਗਾੜੀ ਤੱਕ ਦਾ ਰੋਸ ਮਾਰਚ ਅਤੇ ਬਾਅਦ ਵਿੱਚ ਗੋਲੀਕਾਂਡ ਵਿੱਚ ਸ਼ਹੀਦ ਹੋਏ 2 ਨੌਜਵਾਨਾਂ ਦੇ 14 ਅਕਤੂਬਰ ਨੂੰ 3ਜੀ ਬਰਸੀ ਦੇ ਵਿੱਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਇਹ ਲਾਜ਼ਮੀ ਬਣ ਗਿਆ ਕਿ ਸਰਕਾਰ ਆਪਣੀ ਸਫਾਈ ਦੇਵੇ, ਪਰ ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਇਸ 'ਤੇ ਸਫਾਈ ਦਿੰਦਿਆਂ ਇਹ ਸਾਰੇ ਮਸਲੇ ਤੋਂ ਆਪਣੀ ਸਰਕਾਰ ਵੱਲੋਂ ਹੱਥ ਖੜ੍ਹੇ ਕਰ ਦਿੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਜੋ ਵੀ ਕਰੇਗੀ SIT ਕਰੇਗੀ, ਸਾਡੀ ਸਰਕਾਰ ਦੇ ਹੱਥ ਵੱਸ ਹੁਣ ਕੁਝ ਵੀ ਨਹੀਂ ਰਿਹਾ। ਦੈਟ ਇਟ ਇਜ਼ ਮਾਈ ਟਾਸਕ ਟੂ ਪੁੱਟ ਅਪ ਐਨ SIT, ਬਟ ਵਾਂਸ ਐਨ SIT ਇਜ਼ ਫੋਰਮਡ ਅੰਡਰ ਦੀ ਲਾਅ, ਆਈ ਹੈਵ ਨੋ ਰੋਲ ਟੂ ਪਲੇ ਇਨ ਦੀ SIT ਐਟ ਆਲ। ਆਈ ਕੈਨੋਟ ਟੇਕ ਅ ਰਿਪੋਰਟ ਫਰੋਮ ਦੈਮ ਡੇਲੀ, ਆਈ ਕੈਨੋਟ ਗਿਵ ਦੈਮ ਐਨੀ ਆਰਡਰਸ, ਆਈ ਕੈਨੋਟ ਡੂ ਐਨੀਥਿੰਗ। ਦੇ ਆਰ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਏਜੰਸੀ ਵਿਚ ਮਸਟ ਕੰਡਕਟ। ਨਾਓ ਵਾਟ ਦੇ ਆਰ ਸਪੋਜ਼ ਟੂ ਡੂ, ਦੇ ਆਰ ਸਪੋਜ਼ ਟੂ ਰੀਚ ਅ ਕੰਕਲੂਜਨ, ਐਂਡ ਇਫ ਦੇ ਫੀਲ ਕਿ ਕੋਈ ਗੱਲ ਹੋਈ ਹੈ, ਦੈਨ ਦੇ ਟੇਕ ਦ ਕੇਸ ਟੂ ਦੀ ਟ੍ਰਾਇਲ ਕੋਰਟ। ਅਸੀਂ ਨਹੀਂ ਉਹਦੇ ਵਿੱਚ ਕੋਈ ਹਿੱਸਾ ਪਾ ਸਕਦੇ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਂ ਤਾਂ ਚਾਹੁੰਦਾ ਸੀ ਕਿ ਇਸ ਮਸਲੇ ਨੂੰ CBI ਦੇ ਹੱਥ ਸੌਂਪਿਆ ਜਾਵੇ ਤਾਂ ਜੋ ਨਿਰਪੱਖ ਜਾਂਚ ਕਰਵਾਈ ਜਾ ਸਕੇ, ਪਰ ਸਾਰੀ ਵਿਰੋਧੀ ਧਿਰ ਨੇ ਕਿਹਾ ਕਿ CBI ਨੂੰ ਕੇਸ ਦੇਣ ਦੀ ਬਜਾਏ SIT ਬਣਾਉਣੀ ਚਾਹੀਦੀ ਹੈ, ਤਾਂ ਹੀ ਮੈਂ SIT ਬਣਾਈ ਹੈ। ਮੇਰੀ ਪਹਿਲਾਂ ਸਲਾਹ ਸੀ ਕਿ ਇਸ ਨੂੰ ਵੀ ਅਸੀਂ CBI ਨੂੰ ਭੇਜੀਏ, ਲੇਕਿਨ ਜਿਸ ਦਿਨ ਵਿਧਾਨ ਸਭਾ ਦੀ ਮੀਟਿੰਗ ਹੋਈ ਹੈ, ਯੂਨੈਨਮਸਲੀ ਹਾਊਸ ਨੇ A to Z, including Mr. Khera's party, including the other Akali the walkout karke se sare ne kaha si ke nahi ji SIT banao, object being ke agar e the jehde Akali dal is guilty, and if CBI is with the government of India, ke eh na hoye ke CBI te influence pe the government of India te log koi bacha, therefore an SIT was called for। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮੋਰਚੇ ਤੇ ਬੈਠੇ ਲੋਕਾਂ ਦਾ ਮਜ਼ਾਕ ਵੀ ਉਡਾਇਆ। ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਆਪਣੀ ਰਾਜਨੀਤੀ ਚਮਕਾਉਣ ਤੇ ਲੱਗੇ ਹੋਏ ਨੇ, ਕਿਸੇ ਨੂੰ ਵੀ ਗੋਲੀਕਾਂਡ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੀ ਚਿੰਤਾ ਨਹੀਂ ਹੈ। ਇਟ ਵਾਜ਼ ਅ ਭੋਗ ਫੋਰ 2 ਬੋਇਜ਼ ਹੂ ਹੈਡ ਡਾਈਡ, ਇਟਸ ਦੇ 3rd ਬਰਸੀ, ਉਹ ਬਰਸੀ ਕਰਕੇ ਲੋਕ ਉੱਥੇ ਪਹੁੰਚੇ ਸੀ, ਇਸ ਕਰਕੇ ਨਹੀਂ ਕੋਈ ਲੀਡਰ ਉਹਨਾਂ ਨੂੰ ਸੱਦਿਆ, ਐਂਡ ਦੈਟ ਇਜ਼ ਵਾਟ ਆਈ ਐਮ ਟ੍ਰਾਈ ਟੂ ਸੇ, ਇਟਸ ਅਨਫੋਰਚੁਨੇਟ ਦੈਟ ਉੱਥੇ ਤੁਸੀਂ ਬਰਸੀ ਮਨਾਈ ਜਾ ਰਹੇ ਹੋ ਔਰ ਘਰਾਂ ਦੇ ਵਿੱਚ ਜਿਹੜੇ ਟੱਬਰ ਨੇ ਆਪਣੇ ਘਰਾਂ 'ਚ ਮਨਾ ਰਹੇ ਨੇ ਬਰਸੀ। ਇਟ ਵੈਰੀ ਫਨੀ ਸਟ੍ਰੇਂਜ, ਯੂ ਆਰ ਯੂਜ਼ਿੰਗ ਐਵਰੀਥਿੰਗ, ਟ੍ਰਾਈ ਟੂ ਮੇਕ ਇਟ ਇਨ ਟੂ ਪੋਲੀਟਿਕਸ, ਦੇ ਹੈਡ ਕਮ ਫੋਰ ਅ ਪਰਟੀਕੁਲਰ ਪਰਪਸ ਵਿਚ ਵਾਜ਼ ਦ ਪੋਕ। ਨਾਓ ਇਫ ਦੇ ਵਾਂਟ ਟੂ ਟ੍ਰਾਈ ਐਂਡ ਕਨਵਰਟ ਦੈਟ ਇਨ ਟੂ ਪੋਲੀਟਿਕਸ, ਮਾਈ ਗੈਸ ਇਜ਼ ਦੈਟ ਇਜ਼ ਨੋਟ ਗੋਇੰਗ ਟੂ ਵਰਕ, ਇਟ ਵੋਂਟ ਵਰਕ। ਉਹ ਤਾਂ ਗਏ ਸੀ ਕਿਸੇ ਹੋਰ ਕੰਮ ਵਾਸਤੇ ਔਰ ਇਹਨਾਂ ਨੂੰ ਵਰਤ ਰਹੇ ਨੇ ਕਿਸੇ ਹੋਰ ਕੰਮ ਵਾਸਤੇ। So that won't happen. ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੋਟਕਪੁਰਾ ਤੋਂ ਬਰਗਾੜੀ ਤੱਕ ਦੇ ਰੋਸ ਮਾਰਚ ਦੇ ਵਿੱਚ ਅਤੇ 3ਜੀ ਬਰਸੀ ਸਮਾਗਮ ਦੇ ਵਿੱਚ ਬਹੁਤ ਭਾਰੀ ਇਕੱਠ ਦੇ ਵਿੱਚ ਲੋਕਾਂ ਨੇ ਉੱਥੇ ਪਹੁੰਚ ਕੇ ਆਪਣਾ ਰੋਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਜਤਾਇਆ, ਜਿਸ ਤੋਂ ਬਾਅਦ ਸਰਕਾਰ ਤੇ ਦਬਾਅ ਬਣ ਗਿਆ ਕਿ ਉਸ ਨੂੰ ਕੋਈ ਨਾ ਕੋਈ ਸਫਾਈ ਤਾਂ ਇਸ ਦੀ ਦੇਣੀ ਪਏਗੀ। ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੋਰਚਾ ਸਾਂਭਿਆ, ਪਰ ਮੋਰਚਾ ਸਾਂਭਣ ਵੇਲੇ ਉਹਨਾਂ ਨੇ ਆਪਣੀ ਸਰਕਾਰ ਵੱਲੋਂ ਹੱਥੀ ਖੜੇ ਕਰ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ SIT ਬਣਾਈ ਗਈ ਹੈ ਹੁਣ ਸਾਰਾ ਕੰਮਕਾਜ ਉਹੀ ਕਰੇਗੀ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਦਾ ਕੰਮ ਉਹੀ SIT ਕਰੇਗੀ, ਸਾਡੀ ਸਰਕਾਰ ਦੇ ਹੱਥ ਵੱਸ ਹੁਣ ਕੁਝ ਵੀ ਨਹੀਂ ਰਹਿ ਗਿਆ। ਨਾਲ ਹੀ ਉਹਨਾਂ ਨੇ ਕਿਹਾ ਕਿ ਜੋ SIT ਬਣਾਈ ਗਈ ਹੈ ਉਸ ਦੇ ਪ੍ਰਮੋਦ ਕੁਮਾਰ ਜੋ ਚੀਫ ਨੇ ਉਹ ਬਹੁਤ ਸੀਨੀਅਰ ਆਫਿਸਰ ਨੇ, ਇਸ ਕਰਕੇ ਉਹਨਾਂ ਨੂੰ ਸਮਾਂਬੱਧ ਨਹੀਂ ਦਿੱਤਾ ਜਾ ਸਕਦਾ, ਸਮਾਂਬੱਧ ਇਨਕੁਆਇਰੀ ਉਹਨਾਂ ਤੋਂ ਨਹੀਂ ਕਰਵਾਈ ਜਾ ਸਕਦੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਦੋਂ ਜਾਂਚ ਕਰਨੀ ਹੈ ਅਤੇ ਕਦੋਂ ਆਪਣੀ ਰਿਪੋਰਟ ਸੌਂਪਣੀ ਹੈ। ਜਦਕਿ ਪਹਿਲਾਂ ਵਿਧਾਨ ਸਭਾ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿ ਜੋ ਵੀ SIT ਬਣਾਈ ਜਾਏਗੀ ਉਸ ਦੀ ਇਨਕੁਆਇਰੀ ਨੂੰ ਸਮਾਂਬੱਧ ਬਣਾਇਆ ਜਾਏਗਾ, ਇਹ ਨਿਸ਼ਚਿਤ ਕੀਤਾ ਜਾਏਗਾ ਕਿ ਕਿੰਨੇ ਸਮੇਂ ਦੇ ਵਿੱਚ ਜਾਂਚ ਹੋਏਗੀ ਅਤੇ ਕਿੰਨੇ ਸਮੇਂ ਦੇ ਵਿੱਚ ਇਨਕੁਆਇਰੀ ਪੂਰੀ ਹੋ ਕੇ ਰਿਪੋਰਟ ਦਿੱਤੀ ਜਾਏਗੀ ਅਤੇ ਕਿੰਨੇ ਸਮੇਂ ਦੇ ਵਿੱਚ ਦੋਸ਼ੀਆਂ ਤੇ ਸਜ਼ਾ ਦਿੱਤੀ ਜਾਏਗੀ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਤੋਂ ਪਲਟਦੇ ਦਿਖਾਈ ਦੇ ਰਹੇ ਨੇ, ਸਾਰੀ ਗੱਲ SIT
ਕਮੇਟੀ ਤੇ ਸੁੱਟ ਦਿੱਤੀ ਗਈ ਹੈ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੋਰਟ ਦੇ ਵਿੱਚ ਹੁਣ ਕੇਸ ਵੀ SIT ਫਾਈਲ ਕਰੇਗੀ, ਸਾਡੀ ਸਰਕਾਰ ਦਾ ਇਸ ਵਿੱਚ ਕੋਈ ਵੀ ਹੱਥ ਨਹੀਂ ਹੈ। ਇਸ ਤਰ੍ਹਾਂ ਸਿੱਧੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ਪਿੱਛੇ ਖਿੱਚ ਲੈਣੇ ਅਤੇ ਆਪਣੇ ਵਾਅਦੇ ਤੋਂ ਉਹ ਮੁੱਕਰਦੇ ਦਿਖਾਈ ਦੇ ਰਹੇ ਨੇ। ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਜਦੋਂ ਉਹ ਮੁੱਖ ਮੰਤਰੀ ਬਣ ਵੀ ਚੁੱਕੇ ਸਨ, ਹਰ ਇੱਕ ਸਟੇਜ ਤੋਂ ਅਜਿਹਾ ਕਿ ਗੱਲ ਕਹਿੰਦੇ ਦਿਖਾਈ ਦਿੰਦੇ ਸਨ ਕਿ ਸਾਨੂੰ ਪਤਾ ਹੈ ਕਿ ਬੇਅਦਬੀ ਕਾਂਡ ਅਤੇ ਗੋਲੀਕਾਂਡ ਦੇ ਪਿੱਛੇ ਬਾਦਲ ਹੀ ਦੋਸ਼ੀ ਨੇ, ਬਸ ਸਾਨੂੰ ਉਡੀਕ ਹੈ ਤਾਂ ਕੁਝ ਸਬੂਤਾਂ ਦੀ, ਜਿਸ ਤੋਂ ਬਾਅਦ ਬਾਦਲਾਂ 'ਤੇ ਕਾਰਵਾਈ ਕੀਤੀ ਜਾਏਗੀ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਅਤੇ ਗੱਲਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਹੁਣ ਸਾਡੀ ਸਰਕਾਰ ਇਸ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੀ ਹੈ, ਜੋ ਵੀ ਕਰੇਗੀ SIT ਕਰੇਗੀ। ਇਸ ਨਾਲ ਸੰਬੰਧਿਤ ਹੁਣ ਇੱਕ ਸਵਾਲ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਗੱਲ SIT ਤੇ ਸੁੱਟ ਕੇ ਸਹੀ ਕੀਤਾ ਕਿ ਜਾਂ ਫਿਰ ਉਹਨਾਂ ਨੂੰ ਆਪਣੇ ਪਿਛਲੇ ਸਟੈਂਡ ਤੇ ਕਾਇਮ ਰਹਿੰਦਿਆਂ ਸਰਕਾਰ ਦੇ ਵੱਲੋਂ ਦੋਸ਼ੀਆਂ ਤੇ ਕੋਈ ਕਾਰਵਾਈ ਕਰਵਾਉਣੀ ਚਾਹੀਦੀ ਸੀ? ਇਸ ਬਾਰੇ ਤੁਹਾਡੀ ਕੀ ਰਾਏ, ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਅਜੇ ਤੱਕ ਦਾ ਪੰਜਾਬ TV ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਦਾ ਪੰਜਾਬ TV, ਹਰ ਖਬਰ ਦਾ ਸੱਚ। ਆਈ ਪਿਕ ਦ ਬੈਸਟ ਆਫੀਸਰਸ ਦੈਟ ਵੀ ਫੈਲਟ ਹੂ ਵਰ ਕੰਪੀਟੈਂਟ ਇਜ਼ ਅ ਪ੍ਰਮੋਦ ਕੁਮਾਰ ਹੂ ਇਜ਼ 14 ਸਾਲ ਆਪ CBI 'ਚ ਰਹੇ ਨੇ। ਹੀ ਹੈਜ਼ ਇਨਵੈਸਟੀਗੇਟਿਡ ਵੈਰੀ ਮੇਜਰ ਨੈਸ਼ਨਲ ਕੇਸਿਸ ਇੰਕਲੂਡਿੰਗ ਦੀ ਔਗਸਟਾ ਵੈਸਟਲੈਂਡ ਕੇਸ ਐਂਡ ਅਦਰ ਕੇਸਿਸ ਜਿਹੜੇ ਸੀ, ਅਤੇ ਉਹਨਾਂ ਨੂੰ ਹੀ ਇਜ਼ ਵੈਰੀ ਥਰਲੀ ਕਨਵਰਸੈਂਟ ਵਿਦ ਦੀ procedures of investigation, and two other IGs we gave, two SSPs we gave, and we left it open to them ki jinna ne tusi lena hai aur le lo, but this investigation must commence fully. Now this is about a month and a half old. The commission has got started, the SIT, the special investigation team has started its work. Unhone apni investigation jo karni si before they start calling evidence, people for evidence, is on. And I want to make one thing clear. So they are in the process of doing this. From what I heard about the Mr. Pramod Kumar da jehda bayan aaya si thode paper na si ke in the next by 14th he will have to submit an interim report or something to the High Court. So oh apne taur te oh chal rahe hain jis tarike naal ohna de chal rahe hain. Now assi apne taur te our ministers had been trying to go and talk to the families. We called the families. I here in this room only. Asi unna nu jinna compensate kar sakde si asi unna nu compensate kita, both the people who were the families of the people who were killed, two boys, plus jere zakhmi hoye si unna nu asi compensation vagera ditti. Ek ladke nu who was incapacitated for life jere utthe court ko pure di firing di vich si, that boy we have given him a lot of money, plus attendant waste ohdi puri tankha for life, so that he has an attendant to look after him throughout his apni life. And what was Ranjit Singh had recommended? Sorry? The compensation was more, what we gave was more than what Ranjit Singh had recommended. That is that Ranjit Singh's recommendations cut siyan, unhone mera khayal 50 lakh kahi si or something, but I gave 1 crore rupees to all these boys, so it was less than what he recommended, but more, his recommendation we have accepted, more than what we had he had been recommending. So asi a unna nu asi kita, fir I visited the families. Us to baad Rahul ji came again a second time, walked to all met all the families. I went with him again, lot of us my colleagues and all went with him. And hun kal di gal jehdi hai, sade minister saab gaye to the houses ਜਿੱਥੇ ਦੋ ਇਹ ਭੋਗ ਸੀ,
ਉਹਨਾਂ ਦੇ ਘਰਾਂ ਦੇ ਵਿੱਚ ਅਖੰਡ ਪਾਠ ਦਾ ਭੋਗ ਰੱਖਿਆ ਹੋਇਆ ਸੀ। ਦੋਨੋਂ ਘਰਾਂ ਦੇ ਵਿੱਚ ਸਾਡੇ ਮਿਨਿਸਟਰ ਸਾਹਿਬ ਨੇ ਸ਼ਾਮਿਲ ਕੀਤਾ, ਇੱਕ ਸੁਖਜੀਤ ਸਿੰਘ ਹੋਰੇ ਤ੍ਰਿਪਤ ਜੀ ਸੇ, MMLA ਸਾਹਿਬ ਕਿੱਕੀ ਜੀ ਸੇ, ਦੇ ਵੈਂਟ ਐਂਡ ਦੇ ਅਟੈਂਡਡ ਬੋਥ ਦੀ ਭੋਗ। ਉਹਨਾਂ ਨੇ ਨਹੀਂ, ਜਿਹੜੇ ਲੋਕ ਦੂਜੇ ਉਧਰਲੇ ਪਾਸੇ ਰੌਲਾ ਪਾ ਰਹੇ ਸੀ ਉਹ ਨਹੀਂ ਗਏ ਉੱਧਰ, ਇਟ ਵਾਜ ਆਰ ਮਿਨਿਸਟਰਸ ਵੈਂਟ ਐਂਡ ਉਹ ਤਾਂ ਉਧਰਲੇ ਪਾਸੇ ਲਾ ਕੇ ਆਪਣਾ ਸਟੇਜ ਉੱਥੇ ਬੈਠੇ ਸੀ। ਸੋ ਦਿਸ ਇਜ਼ ਦੀ ਬੈਕਗਰਾਊਂਡ ਆਫ ਦਿਸ ਇੰਸੀਡੈਂਟ। ਨਾਓ ਵੀ ਹੈਵ ਟੂ ਵੇਟ ਫੋਰ ਵਾਟ ਦੀ ਇਨਵੈਸਟੀਗੇਸ਼ਨ ਵਿਲ ਕਮ ਫੋਰਵਰਡ। ਦੀ ਪੁਲਿਸ ਆਫਿਸਰਸ ਆਰ ਸੀਨੀਅਰ ਆਫਿਸਰਸ, ਫੁੱਲੀ ਰਿਸਪੋਂਸੀਬਲ, ਦੇ ਆਰ ਅਵੇਅਰ ਆਫ ਦੀ ਅਰਜੈਂਸੀ ਆਫ ਕਮਿੰਗ ਆਊਟ ਦ ਕੁਇਕ ਰਿਪੋਰਟ ਬਿਕੋਜ ਆਫ ਦੀ ਸਿਚੁਏਸ਼ਨ ਦੈਟ ਇਜ਼ ਦੇਅਰ ਐਂਡ ਆਈ ਡੋਂਟ ਥਿੰਕ ਦੇਰ ਇਜ਼ ਦੇ ਕੋਲ ਡਿਲੇ ਮੈਟਰਸ ਔਰ ਦੈਟ ਸੰਬੜੀ ਮੇ ਆਸਕ ਮੀ ਕਿ ਕਿੰਨੀ ਦੇਰ ਦਾ ਉਹਨਾਂ ਨੇ ਟਾਈਮ ਦਿੱਤਾ ਹੋਇਆ। ਯੂ ਕਾਂਟ ਗਿਵ ਅ ਟਾਈਮ, ਇਟ ਇਜ਼ ਦੀ SIT ਹੈਜ਼ ਟੂ ਕਮ ਅਪ ਵਿਦ ਇਟਸ ਓਨ ਟਾਈਮਿੰਗ ਐਂਡ ਆਈ ਐਮ ਸ਼ੋਰ ਦੇ ਵਿਲ ਬੀ ਪ੍ਰੋਪਰਲੀ ਇਹ ਗੱਲ ਕੀਤੀ ਜਾਵੇਗੀ। ਹੁਣ ਦੂਜਾ ਇਸ਼ੂ ਵਿੱਚ ਟੇਬਲ ਟੀਚਰਸ ਦੀ ਐਜੂਕੇਸ਼ਨ ਜਿਹੜੀ ਹੈ। ਨਾਓ ਦੇਰ ਆਰ ਅਬਾਊਟ 40,000 ਇੰਪਲੋਈਜ਼ ਇਨ ਪੰਜਾਬ ਵਿਦ ਨੀਡ ਰੈਗੂਲਰਾਈਜੇਸ਼ਨ, ਨੋਟ ਓਨਲੀ ਦ 8,000 ਆਊਟ ਟੀਚਰਸ, 8,886 ਟੀਚਰਸ, ਬਟ 40,000 ਨਾਓ ਵੀ ਹੈਵ ਇਟ ਕੇਮ ਦੀ ਸਾਡਾ ਮਿਨਿਸਟਰ ਐਂਡ ਆਰ ਡਿਪਾਰਟਮੈਂਟ ਹੈਜ਼ ਬੀਨ ਨੈਗੋਸ਼ੀਏਟਿੰਗ ਵਿਦ ਦੀ ਟੀਚਰ ਦਾ ਜਿਹੜਾ ਡੈਲੀਗੇਸ਼ਨ ਸੀ ਐਂਡ ਉੱਥੇ ਉਹਨਾਂ ਨੂੰ ਆਪਸ਼ਨ ਦਿੱਤੀ ਸੀ ਕਿ ਜਾਂ ਤਾਂ ਜਿਹੜਾ ਤੁਹਾਨੂੰ ਪੈਸਾ ਹੁਣ ਮਿਲ ਰਿਹਾ ਤੁਸੀਂ ਉਹੀ ਲਈ ਚੱਲੋ ਐਂਡ ਕੈਰੀ ਔਨ ਇਨ ਦੈਟ, ਔਰ ਇਫ ਯੂ ਵਾਂਟ ਟੂ ਬੀ ਰੈਗੂਲਰਾਈਜ਼ਡ ਦੈਨ ਯੂ ਹੈਵ ਟੂ ਕਮ ਡਾਊਨ ਟੂ 15,300 ਤੁਹਾਨੂੰ ਮਿਲ ਰਿਹਾ।